ਪਰ ਤੁਸੀਂ ਮਿਲੇ ਨਹੀਂ ਤਾਂ ਕਿਲੋਮੀਟਰ ਥੋੜ੍ਹਾ ਸਮ ਬਹੁਤਾ ਲੰਬਾ 1 ਕਿਲੋਮੀਟਰ ਦਾ ਸਫ਼ਰ ਨਹੀਂ ਹੈ ਔਰ ਤੁਸੀਂ ਮਿਲੇ ਵੀ 3 ਕਿਲੋਮੀਟਰ ਦੇ ਸਮੇਂ ਦੇ ਦੌਰਾਨ ਮਿਲ ਕੇ ਨਾ ਭਾਵੇਂ 1 ਸਾਲ 'ਚ ਜੀ ਸਰ ਓਕੇ ਇਸ ਸਾਲ ਦੇ ਵਿੱਚ ਸੋ 7 ਸਾਲ ਦੇ ਵਿੱਚ ਤੁਸੀਂ ਟੋਟਲ ਕਿੰਨੀ ਵਾਰ ਪ੍ਰੈਗਨੈਂਟ ਹੋਏ ਹੋ ਇਸ ਆਦਮੀ ਦੁਆਰਾ ਇਸ ਲੜਕੇ ਦੁਆਰਾ ਸਰ 4 ਟੂ 5 ਟਾਈਮਸ ਟੋਟਲ 4 ਟੂ 5 ਟਾਈਮ ਔਰ ਇਸ ਸਾਲ ਦੇ ਵਿੱਚ ਆ ਹਾਲੇ ਸਾਲ ਕੰਪਲੀਟ ਨਹੀਂ ਹੋਇਆ ਆਲਮੋਸਟ 9 ਮਹੀਨੇ ਹੋ ਗਏ ਨੇ ਇਨ 9 ਮੰਥ ਇਸ ਤੁਹਾਡੇ ਨਾਲ ਸ਼ਾਦੀ ਕਰ ਲਈ ਹੁਣ ਤੁਹਾਡੀ ਆਪਸ ਵਿੱਚ ਵਿਗੜਨ ਦਾ ਕਾਰਨ ਕੀ ਹੈ ਤੁਸੀਂ ਲਾਸਟ ਟਾਈਮ ਕਦੋਂ ਫਿਜ਼ੀਕਲੀ ਰਿਲੇਸ਼ਨ ਵਿੱਚ ਸੀ ਲਾਸਟ ਤੁਹਾਡੀ ਆਪਸ ਵਿੱਚ ਰਿਲੇਸ਼ਨਸ਼ਿਪ ਲਾਸਟ ਡੇਟ ਕਿਹੜੀ ਸੀਗੀ 15th ਆਫ ਅਗਸਟ ਹਾਂਜੀ ਤਿੰਨ ਵਾਰ ਤੁਸੀਂ ਇਸ ਸਾਲ ਦੇ ਵਿੱਚ ਬੱਚੇ ਦੀ ਮਾਂ ਬਣਨ ਦੇ ਬਸ ਪਹਿਲੀ ਲਾਈਨ ਤੇ ਮੁੰਡੇ ਦੇ ਡੈਡੀ ਨੇ ਤੇ ਆਪਾਂ ਉਹਨਾਂ ਨੂੰ ਰਿਕੁਐਸਟ ਤਾਂ ਕਰ ਹੀ ਸਕਦੇ ਨਾ ਕਿ ਮੁੰਡੇ ਨੂੰ ਆਪਣੇ ਨੂੰ ਕਾਨਫਰੰਸ ਤੇ ਪਾਉਣ ਜਾਂ ਨੰਬਰ ਕਿਉਂਕਿ ਉਹਨਾਂ ਦਾ ਤਾਂ ਬੰਦਾ ਇੰਨਾ ਹੀ ਤਾਂ ਆਪਣੇ ਬੀਟੇ ਨਾਲ ਗੱਲ ਹੁੰਦੀ ਹੋਊਗੀ ਸਰ ਉਹ ਸਰ ਉਹ ਨਹੀਂ ਗੱਲ ਕਰਨਗੇ ਹੁਣ ਉਹ ਕੁੜੀ ਸਿਸ ਸਾਹਿਬ ਨਾਮ ਕੀ ਲੜਕੀ ਦਾ ਨਾ ਨਮਗੇ ਇਹ ਨਾਮ ਇਸ ਦਾ ਅਸੀਂ ਰੱਖ ਲੈਂਦੇ ਆ ਕੋਈ ਫਿਕ ਨਾ ਲੈਂਦੇ ਆ ਰੇਖਾ ਹਾਂਜੀ ਹਾਂਜੀ ਰੇਖਾ ਜੀ ਵੈਲਕਮ ਥੈਂਕ ਯੂ ਸੋ ਮਚ ਸਰ ਰੇਖਾ ਤੁਹਾਡਾ ਨਾਮ ਫੇਕ ਰੱਖਿਆ ਨਾ ਰੱਖਿਆ ਫੇਕ ਤੁਹਾਡਾ ਨਾਮ ਹੋਰ ਹੈ ਪਰ ਅਸੀਂ ਨਾਮ ਰੱਖਿਆ ਫੇਕ ਪਿੱਛੇ ਆਵਾਜ਼ਾਂ ਆ ਰਹੀਆਂ ਨੇ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਅਵਾਇਡ ਕੀਤਾ ਜਾਵੇ ਕਿ ਤੁਸੀਂ ਇਸ ਐਸੇ ਬ੍ਰੌਡਕਾਸਟਿੰਗ ਵਿੱਚ ਤੁਹਾਨੂੰ ਅਸੀਂ ਏਅਰ 'ਤੇ ਲਿਆ ਰਹੇ ਹਾਂ ਔਰ ਸਾਨੂੰ ਤੁਸੀਂ ਆਗਿਆ ਦੇ ਰਹੇ ਹੋ ਵੈਸੇ ਹੋਈ ਪਰਮਿਸ਼ਨ ਲੋੜ ਨਹੀਂ ਕਿ ਅਸੀਂ ਸਾਰਾ ਫੇਕ ਨਾਮ ਅੰਡਰ ਤੁਹਾਨੂੰ ਪ੍ਰੋਸੀਡ ਕਰ ਰਹੇ ਹਾਂ ਯੈਸ ਸਰ ਓਕੇ ਸੋ ਪ੍ਰੋਸੀਡ ਕਰਨ ਦੀ ਆਗਿਆ ਹੈ ਰੇਖਾ ਜੀ ਤੁਹਾਡੀ ਉਮਰ ਕਿੰਨੀ ਹੈ ਸਰ 24 24 ਸਾਲ ਦੇ ਹੋ ਤੁਹਾਡਾ ਜ਼ਿਲ੍ਹਾ ਕਿਹੜਾ ਸਰ ਡਿਸਟ੍ਰਿਕਟ ਫਿਰੋਜ਼ਪੁਰ ਫਿਰੋਜ਼ਪੁਰ ਐਜੂਕੇਸ਼ਨ ਕਿੰਨੀ ਰੇਖਾ ਜੀ ਤੁਹਾਡੀ ਮਾਸਟਰਸ ਇਨ ਨਰਸਿੰਗ ਫਾਈਨਲ ਈਅਰ ਹਾਂਜੀ ਫਾਈਨਲ ਈਅਰ ਮਾਸਟਰਸ ਇਨ ਨਰਸਿੰਗ ਐਮਐਸਸੀ ਕੋ ਜੌਬ ਵੀ ਕਰਦੇ ਹੋ ਆਪ ਜੀ ਜਿਹੜਾ ਨਹੀਂ ਨਹੀਂ ਸਰ ਸਟੂਡੈਂਟ ਸਟਿਲ ਸਟੂਡੈਂਟ ਹੋ ਯੈਸ ਸਰ ਸ਼ਾਦੀਸ਼ੁਦਾ ਹੋ ਔਰ ਜਾਂ ਫਿਰ ਤੁਸੀਂ ਨਹੀਂ ਸ਼ਾਦੀ ਕਰਕੇ ਬਰਬਾਦੀ ਕਰਾ ਚੁੱਕੇ ਹੋ ਨਹੀਂ ਸਰ ਸਿੰਗਲ ਆਪਣੀ ਜ਼ਿੰਦਗੀ ਵਿੱਚ ਕਿਸੇ ਦੇ ਨਾਲ ਪਿਆਰ ਦੇ ਵਿੱਚ ਰਹਿੰਦੇ ਸੀ ਹਾਂਜੀ ਸਰ ਤੁਹਾਡੇ ਦੋਸਤ ਸੀਗਾ ਲੜਕਾ ਜੀ ਸਰ ਤੁਹਾਡਾ ਫਰੈਂਡ ਸੀ ਜਾਂ ਤੁਹਾਡਾ ਬੁਆਏਫ੍ਰੈਂਡ ਸੀ ਸਰ ਬੁਆਏਫ੍ਰੈਂਡ ਸੀ ਦਾ ਰਿਲੇਸ਼ਨਸ਼ਿਪ ਸੀਗਾ ਓ ਵੈਰੀ ਗੁੱਡ ਕਿ ਤੁਸੀਂ ਰਿਲੇਸ਼ਨਸ਼ਿਪ ਬਣ ਹੁਣ ਮਾੜੀ ਗੱਲ ਨਹੀਂ ਤੁਸੀਂ ਸੋਚਿਆ ਸੀਗਾ ਕਿ ਰਿਲੇਸ਼ਨਸ਼ਿਪ ਬਣ ਜਾਂਦਾ ਕਿ ਅਸੀਂ ਹੁਣ ਵਿਆਹ ਕਰਾ ਲੈਣਾ ਤੁਸੀਂ ਆਪਸ ਵਿੱਚ ਹੀ ਆਪਣੇ ਰਿਸ਼ਤੇ ਨੂੰ ਜੋੜ ਲੈਂਦੇ ਹੋ ਨਥਿੰਗ ਰੋਂਗ ਜੀ ਸਰ ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਜੇ ਬੱਚੇ ਕਹਿੰਦੇ ਕਿ ਅਸੀਂ ਵਿਆਹ ਕਰਾ ਲੈਣਾ ਤਾਂ ਅਸੀਂ ਆਪਣਾ ਰਿਲੇਸ਼ਨ ਬਣਾ ਲਈਏ ਨੋ ਮੈਟਰ ਕਿ ਅਸੀਂ ਤਾਂ ਹੁਣ ਪੱਕੇ ਵਿਆਹ ਕਰਾਉਣਾ ਆ ਤਾਂ ਤੁਹਾਡੇ ਬਣਨ ਵਾਲੇ ਹਸਬੈਂਡ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੈਂ ਤੈਨੂੰ ਵਿਆਹ ਕਰਾਊਂਗਾ ਜੀ ਸਰ ਉਹਦੀ ਉਮਰ ਕਿੰਨੀ ਸੀ ਰਾਈਟ ਨਾਓ 27 ਅੱਛਾ ਉਹ ਤੁਹਾਡੇ ਤੋਂ ਵੱਡੇ ਸੀ 3 ਸਾਲ ਜੀ ਸਰ ਤੁਸੀਂ ਕਿੰਨੇ ਸਾਲਾਂ ਤੋਂ ਆਪਸ ਵਿੱਚ ਰਿਲੇਸ਼ਨ ਵਿੱਚ ਸੀਗੇ 7 ਸਾਲ ਸਰ 7 ਇਅਰਸ 7 ਸਾਲ ਇਹਦੇ ਮਤਲਬ ਤੁਹਾਡੀ ਉਮਰ ਉਸ ਵੇਲੇ 17 ਸਾਲ ਕਿੰਨੇ ਸਾਲ ਸੀ 17 ਸਾਲ ਸੀ ਜੀ ਸਰ 17-18 ਸਾਲ 17-18 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਦੋਸਤ ਬਣੇ ਆ ਤੁਸੀਂ ਮਿਲੇ ਕਿੱਦਾਂ ਇੱਕ ਦੂਜੇ ਨੂੰ ਜਿਹਨੇ ਤੁਹਾਡੀ ਦੋਸਤੀ ਸੀ ਉਹਦੇ ਨਾਲ ਨਾਲ ਲੈ ਸਕਦੇ ਹੋ ਤੁਸੀਂ ਕੀ ਨਾਮ ਸੀ ਉਹਦਾ ਰਾਜਵੀਰ ਯਾਦਵੀਰ ਸਰ ਰਾਜਵੀਰ ਆਰ ਏ ਜੇ ਵੀ ਆਈ ਆਰ ਓਕੇ ਰਾਜਵੀਰ ਇਹ ਰਾਜਵੀਰ ਤੁਹਾਨੂੰ ਕਿੱਥੇ ਮਿਲਿਆ ਜਾਂ ਤੁਸੀਂ ਉਹਨੂੰ ਮਿਲੇ ਆ ਸਰ ਸੋਸ਼ਲ ਮੀਡੀਆ ਓ ਮਾਈ ਗੋਡ ਸੋਸ਼ਲ ਮੀਡੀਆ ਤੇ ਕਿਵੇਂ ਟੱਚ ਕੀਤਾ ਤੁਸੀਂ ਕਿਨੇ ਪ੍ਰਪੋਜ਼ ਕੀਤਾ ਤੁਹਾਨੂੰ ਸਰ ਇਟ ਵਾਸ ਲਾਈਕ ਉਹਦੀ ਅਪਰੋਚ ਸੀਗੀ ਅੱਛਾ ਉਹਦੀ ਅਪਰੋਚ ਸੀਗੀ ਯੈਸ ਸਰ ਸੋ ਸੋਸ਼ਲ ਮੀਡੀਆ ਜਦੋਂ ਤੁਸੀਂ ਫਸਟ ਟਾਈਮ ਮਿਲੇ ਤਾਂ ਕਿੰਨਾ ਸਮਾਂ ਸੋਸ਼ਲ ਮੀਡੀਆ ਤੱਕ ਸੀਮਤ ਰਹੇ ਉਸ ਤੋਂ ਬਾਅਦ ਤੁਸੀਂ ਆਸ ਵਿੱਚ ਹੀ ਫਸਟ ਵਿਜਿਟ ਕੀਤਾ ਕਿੱਥੇ ਕੀਤਾ ਸਰ 1 ਈਅਰ 1 ਈਅਰ 1 ਸਾਲ ਉਹ ਕਿੱਥੋਂ ਦਾ ਸੀਗਾ ਸਰ ਸੇਮ ਡਿਸਟ੍ਰਿਕਟ ਸੇਮ ਡਿਸਟ੍ਰਿਕਟ ਤੁਹਾਨੂੰ ਪਤਾ ਸੀ ਸੇਮ ਡਿਸਟ੍ਰਿਕਟ ਦਾ ਕਿੰਨੀ ਦੂਰ ਸੀ ਤੁਹਾਡਾ ਘਰ ਕਿੰਨੇ ਕਿਲੋਮੀਟਰ ਦਾ ਸੀਗਾ ਸਰ ਹਾਰਡਲੀ 2.5 ਕਿਲੋਮੀਟਰ ਜਾਂ 3 ਕਿਲੋਮੀਟਰ ਤੁਸੀਂ 3 ਕਿਲੋਮੀਟਰ ਸਾਲ ਭਰ ਦੂਰੀ ਬਣਾਈ ਰੱਖੀ
सोशल मीडिया तक रहे पर तुम मिले नहीं। 3 किलोमीटर थोड़ा सम बहुत लंबा 1 किलोमीटर का सफर नहीं है और तुम मिले भी 3 किलोमीटर दे समय दे दौरान मिल के भाव एक साल च जी सर। ओके सो थोड़ा जो शरीरक रिलेशनशिप है कदों बनिया 1 साल बाद जी सर साल बाद साल बाद। सो फर्स्ट टाइम तुम कितने घूम गए सर? फर्स्ट टाइम असी लोकल ही नॉर्मल ऑन अ कार ड्राइव मिले सके। हाँ जी ऑन अ कार ड्राइव ड्राइव ते गए सी नॉर्मली। ओके राजवीर का काम कर की है? एलएलबी सर एलएलबी फिनिश की है हुने जस्ट हुने की थी एलएलबी। हाँ जी सर। थर्ड नाल उन्हें वादा किया था कि मैं ब्याह करूंगा सर। एक्चुअली द थिंग इज वो ऑलरेडी रिलेशनशिप है सीगा एंड उन्हें मैंने उदो ए फेक प्रॉमिस किया कि मैं इस कुड़ी नू ड्रॉप ऑफ करना वा मैं इहदे नाल नहीं रखनी मैनू थोड़ा टाइम दे वो कुड़ी मेरे ते परचा करा देगी जे मैं हुण छड्ड दूंगा एंड ऑन दिस बेसिस उन्हें मैं 7 ईयर्स लई कंटिन्यूटी च रखिया एंड हुण जदों क्लीयर आउट हो रही सी गल्लां आई हैड अ वेरी बैड फाइट विद दैट गर्ल एंड हुण उन्हें मैनू ड्रॉप ऑफ करता जस्ट फॉर दैट गर्ल। अच्छा जो तुसी मिले हैं थानू उन तुसी पुछया उन्होंने तुहाडे कोल कुड़ी होर भी हैगी है? सर मैनू उदो इन्हें कुछ नहीं कहा कि मेरा रिलेशन है इन्हें बाद चो मैनू मतलब मैनू भी गल मैं इहदा फोन चैक किया मैनू फोन चो पता लगा फिर इन्हें मैनू उस चीज नू ओवरकम करने लई इह कहता कि हाँ मेरी लाइफ च हैगी है बट शी मैटर्स जीरो टू मी मेरे लिए कुछ नहीं हैगी मैं उन्हें ड्रॉप ऑफ करना मैं बस एक बहाना लभ रहा वा कि ऑन दिस ग्राउंड मैं कुड़ी नू छड्ड दां। ओ आई सी इह उहदे कोल कुड़ी सी पहला? सर आई डोंट नो पहला सी कि इन बिटवीन कदों आई है जदों मतलब मैनू पता लगा मैं तो उदों दी तुहानू सिचुएशन दस रही हां। तुहानू कदों पता लगा कितने साल बाद? सर 2-3 ईयर्स। 2-3 ईयर्स आफ्टर 2-3 ईयर्स थोड़े घर दे पता सी रेखा जी कि तुसीं किसी बॉयफ्रेंड दे नाल हो? यस सर। यू टोल्ड योर मॉम एंड डैड और नॉट? यस दे नो अबाउट दैट। ओके यू टोल्ड टू हु योर मदर और डैड? ओनली टू माय मदर। Old mother. Okay, so how about your dad? No, sir. They don't know. They don't know. According to Indian father's nature, you can understand. Yeah, I understand. You're right. Yes, okay. Sir. Chusi, 7 saal katthe rahe ho. Sorry to ask Haan, you, 7 saal vich tuhade sareerik sambandh jehde 1 saal al ban gaye sige. Yes, sir. Koi aisa mat nahi aaya ki tusi ऐसी हालत विच हो गया कि मदर बन गए होमो? सर टू बी वेरी फ्रैंक एम्पल ऑफ टाइम हां जी विद इन दिस ईयर 2022 एटलीस्ट फॉर 3 टाइम्स। ओ माय गॉड कम ऑन बेबी कितना धोखा होया बेटा तेरे नाल कि इस साल 2022 ਦੇ ਵਿੱਚ 3 ਵਾਰੀ ਤੁਸੀਂ ਮਦਰ ਬਣ ਚੁੱਕੇ ਹੋ। ओ माय गॉड रेखा एना धोखा तेना होया 3 बार? सर एवरी टाइम ही यूज्ड टू से मी यू हैव टू टेक दिस पिल अदरवाइज आई विल ब्लॉक यू मतलब जदो जदो लड़ाई पेंदी रही है इन्हें उदो यही कहना कि मैं गल नहीं करूंगा आई विल ड्रॉप यू ऑफ आई विल प्रूव यू करेक्टरलेस इन द बार कोर्ट्स। हु टोल्ड यू दैट? बिकॉज़ सर एक्चुअली एलएलबी की थी ना तो वो अपनी वकालत मेरे पे छाड़ दा थी तो कि मैं तेरे को करेक्टरलेस प्रूफ कर दूंगा कि तू तो मेरे फ्रेंड्स ना गलत है एंड ऑल दैट आई सेड कि तेरे को की प्रूफ है। नहीं व्हाई यू स्केर्ड? बिकॉज़ जब तुसी 3 बारी प्रेग्नेंट होए हो इस साल दे विच सो 7 साल दे विच तुसी टोटल किन्नी बार प्रेग्नेंट होए हो इस आदमी द्वारा इस लड़के द्वारा? सर 4-5 टाइम्स। टोटल 4-5 टाइम और इस साल दे विच आ हाले साल कंप्लीट नहीं होया ऑलमोस्ट 9 महीने हो गए ने इन 9 मंथ यू गॉट प्रेग्नेंट 3 टाइम्स? यस सर। टोटल इन 7 मंथ ऑन टोटल 7 इयर्स 7 टाइम्स? यस सर। यस सर। ओह माय गॉड सर मतलब लाइक आई जस्ट कांट काउंट लाइक वर्बली दैट्स जस्ट एन रफ आईडिया। ओह माय गॉड You destroyed your life. तुसी अपनी जिंदगी खराब कर चुके बेटा।
राजे माफी चाहूंगा, तुसी पेशे तो तुसी दस रहे हो नर्स हो, मुंडा वकील सी, तुसी ने जिम्मेवार होने के बावजूद तुसी माफी चाहुंदे हो, तुहाडी आपदी पर्सनल लाइफ है। बच्चे नु कतल कीता कसम दा गया इंडिया दे विच, इह माड़ी गल है। किन्ने समय दे बच्चे सीगे, 2 महीने ते 3 महीने? प्रॉब्लम ना, दिस इज द प्रॉब्लम आई एम टेलिंग यू के मतलब लाइक व्हाट ओडी वर्डिंग्स किया कि मैं तेन यूज करना सी जिन्ना टाइम मैं कर लिया, नाउ यू आर जस्ट लाइक अ टिश्यू पेपर यूज किया ते हुन आई एम जस्ट लाइक अ टिश्यू पेपर, यू शुड बी इन डस्टबिन, ओडी वर्डिंग्स एकदम हुन कि मैं यूज करना सी मैं कर लिया। हुन ओने एलएलबी कीती है, यू कैन गो टू द कोर्ट, यू टू इन्फॉर्म टू द पुलिस और नॉट येट? सर एक्चुअली टू बी वेरी फ्रैंक आई एम स्कैर्ड ऑफ पुलिस एंड मोर ओवर सर उधर तो ऑलरेडी केस चलता पे एक होर दैट इज सर उधर तो पहले मतलब उधर तो केस चल रहा 2019 तो कब केस है सर? ही वाज कॉट विद 109 ग्राम्स ऑफ हेरोइन। एक वकील दा कोर्स कीता होवे और जी तो बस इस वे असी दस दिए कि जो भी गुड्डी तुसी दोष ला रहे हो मुंडे ते, तुसी ओदे तो कोई नशा फड़ाया जां तो उन्होंने यूज कीता, ये तुसी आपदे पूरे होशोबास च कह रहे हो ते सानू कुछ भी नहीं पता, साडे कोले तुसी आप आए हो स्टोरी दसन वास्ते ते नशा ओदे कोलों मिलिया नहीं मिलिया, क्योंकि कई बार की हुंदा जी गुड्डियां बहुत ज्यादा ही दोष ला दिंदियां बाद चो मुंडियां ते, सो प्लीज जिन्ना तुसी कल नू प्रूव कर सको, असी नहीं कहिंदे भैन जी तुसी दोष ला रहे हो, पर असी रिक्वेस्ट जरूर कर सकते हैं तुहानू कि तुसी उन्ना की कहो जिन्ना तुसी कल नू दस सको। सर आई गॉट द मतलब लाइक मेरे को लो दे डॉक्यूमेंटेशन सारी में पईया वा, व्हाई शुड आई से लाई टू दैट थिंग? नो असी सहमत नहीं है और साडा स्टेशन बिल्कुल सहमत नहीं है, और ए रेखा जी कह रहे ने और असी नहीं कह रहे, और असी राजवीर बेनती करेंगे कि इफ यू वांट पार्टिसिपेट ओ साडे नाल कॉल कर सकता है, बस माइक ऊपर कर। हां जी, ओ सानू पार्टिसिपेट करन वास्ते राजी साडे नाल कॉन्टैक्ट करन और ओ अपना पक्ष पेश करन दे वास्ते, जे राजवीर पक्ष पेश करन दे वास्ते आ सकदा है, रेखा जी थानू असीं कॉल करिए तो तुसीं फेस करोगे उहनां दी गलबात नू? यस सर। सो इन केस जे सोमवार नू इस स्टोरी असीं कवर करदे आ तां तुहाडा जिहड़ा बॉयफ्रेंड आ ओ रेडियो ते आउंदा टैलीविजन ते आउंदा साडे नाल गलबात करदा आ तां तुहानू फेस करना पवेगा। Are you responsible for everything? Yes, I am. One-sided story. और साढ़े वासे राजवीर सत्कार जोग ने एक उन्हें वकालत की है, साढ़ी गुड लक है और थोड़े मुताबिक उन्होंने चार्जशीट है, उन्हें को हीरोइन पकड़ी गई है और वो केस चलता है और आई डोंट नो तुसी कह रहे हो कि समय उन्होंने जेल रहना पे फिर? सर एक्चुअली ही इवन वेंट बैक इनटू द जेल, द थिंग इज कि ओदा केस चल रहा है ऑन रिमांड ओ बाहर है इस टाइम। किन्ना समय ओना नु मतलब बेल करनी पई बेल च विच बेल दे दौरान? ही वेंट देयर फॉर 55 डेज। हाउ मेनी डेज? नॉट मोर देन 55 डेज तो बाद ओने जमानत हुई है। यस सर। हुन ओने कोल एलएलबी दा लाइसेंस है? सर फाइनल ईयर कंप्लीट हुई है, हजे रिजल्ट नहीं आया। ओके, सो एक किथों दे ने? फिरोजपुर दे ने भी? यस सर। ते इन मां-बाप की काम करदे ने? सर दे आर कोई एदा प्रॉपर काम कर नहीं है, खुद दा ही मतलब जिवें यू कैन से काइंड ऑफ अ बिजनेस यू कैन से। थोड़ा बिजनेस की है थोड़े पेरेंट्स दा? सो माय पेरेंट्स आर डिस्ट्रिक्ट ऑफिसर एट चंडीगढ़। चंडीगढ़ च ऑफिसर ने? यस डिस्ट्रिक्ट ऑफिसर। डिस्ट्रिक्ट ऑफिसर लाइक डिस्ट्रिक्ट व्हाट? सो दे आर लाइक एजुकेशन ऑफिसर्स। ओह एजुकेशन ऑफिसर। बेटा एजुकेशन ऑफिसर ते डिस्ट्रिक्ट ऑफिसर दोनों ਦੇ ਵਿੱਚ ਫਰਕ ਹੁੰਦਾ, ਬਸ ਸਭ ਇਹਨਾਂ ਨੂੰ ਕਲੀਅਰ ਕਰ। ਸਰ ਐਕਚੁਅਲੀ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਡਿਸਕਸ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਇਨ ਸੈਂਸ ਕਿ ਉਹ ਫਰ ਸ਼ੋਰ ਕਿ ਡੀਓ। ਯੈਸ ਸਰ ਡੀਓ। ਯੈਸ ਸਰ। ਸੋ ਤੁਹਾਡੀ ਜਿਹੜੀ ਜ਼ਿੰਦਗੀ ਹੈ ਤੁਸੀਂ ਇਹ ਹੁਣ ਦੋਸ਼ ਲਾ ਰਹੇ ਹੋ ਕਿ ਉਹਨਾਂ ਨੇ ਕਮਿਟਮੈਂਟ ਕੀਤੀ ਤੁਹਾਡੇ ਨਾਲ ਸ਼ਾਦੀ ਕਰਨ ਦੀ, ਹੁਣ ਤੁਹਾਡੀ ਆਪਸ ਵਿੱਚ ਵਿਗੜਨ ਦਾ ਕਾਰਨ ਕੀ ਹੈ? ਤੁਸੀਂ ਲਾਸਟ ਟਾਈਮ ਕਦੋਂ ਫਿਜ਼ੀਕਲੀ ਰਿਲੇਸ਼ਨ ਵਿੱਚ ਸੀ? ਲਾਸਟ ਤੁਹਾਡੀ ਆਪਸ ਵਿੱਚ ਰਿਲੇਸ਼ਨਸ਼ਿਪ ਲਾਸਟ ਡੇਟ ਕਿਹੜੀ ਸੀਗੀ? 15th ਆਫ ਅਗਸਟ। ਹਾਂਜੀ 15th ਆਫ ਅਗਸਟ ਦਿਸ ਈਅਰ। 15 ਅਗਸਤ ਕਿੱਥੇ ਗਏ ਤੁਸੀਂ 15 ਅਗਸਤ ਨੂੰ? ਸਰ ਵੀ ਮੈਟ ਐਟ ਮਾਈ ਪਲੇਸ। My place is your house? Yes, sir.
ਹੀ ਕੇਮ ਟੂ ਯਰ ਹਾਊਸ ਯੈਸ ਸਰ ਕਿੰਨਾ ਸਮਾਂ ਤੁਹਾਡੇ ਨਾਲ ਰਹੇ ਉਹ 4 ਟੂ 5 ਆਵਰ ਲੋ ਲਾਈਕ ਹੋਲ ਨਾਈਟ ਨੋ ਸਰ ਇਨ ਦਾ ਮਾਰਨਿੰਗ ਨਾਟ ਇਨ ਦਾ ਨਾਈਟ ਮਾਰਨਿੰਗ ਟਾਈਮ ਤੁਹਾਡੇ ਕੋਲ ਰਹੇ ਕੁਝ ਘੰਟੇ ਯੈਸ ਸਰ ਤੁਹਾਡੇ ਘਰ ਦੇ ਵਿੱਚ ਹੋਰ ਹੂ ਐਲਸ ਐਟ ਹੋਮ ਸਰ ਮੀ ਐਂਡ ਮਾਈ ਮੇਡ Oh, I see. So, she know that? Yes, she knows each and everything about her, that person. Okay. Kinna samaan ne thode naal attend kita tha no ne thode listen vich reha kinne ghante 3 4 5 Yes, sir. Okay. So, that's was the last third visit. Ki hoya siga? That's last visit thode joy fight each other. Sir, actually, 21st of August was his birthday, and we had just normal get together, kind of. And then he went back, and next morning he started ignoring me. So I just gave a call to that girl, and I just had a conversation. That girl started abusing me and my parents. Panji, sada show jada Punjabi paasha de vich hai. Tusi bhi Punjabi ho, asi bhi Punjabi ha. Sade sunn wale bhi Punjabi ne. So please, Punjabi, tusi bhi Firozpur to hi ha. ਹਾਂਜੀ ਹਾਂਜੀ ਤੇ ਉਹ ਸਰ ਮੈਂ ਉਹਨੂੰ ਫੋਨ ਕੀਤਾ ਤੇ ਉਹ ਮੈਨੂੰ ਅੱਗੋਂ ਗਾਲਾਂ ਕੱਢਣ ਲੱਗ ਗਈ ਫਿਰ ਮੈਂ ਉਹਦੇ ਪੇਰੈਂਟਸ ਕੋਲ ਗਈ ਐਂਡ ਉਹਨੂੰ ਉਹ ਚੀਜ਼ ਉਹਦੀ ਈਗੋ ਤੇ ਆ ਗਈ ਉਹ ਕਹਿੰਦਾ ਕਹਿੰਦਾ ਮੈਂ ਨਹੀਂ ਤੈਨੂੰ ਬੁਲਾਉਣਾ ਬਿਕੋਜ਼ ਤੂੰ ਉਹ ਕੁੜੀ ਕੋਲ ਵੀ ਗਈ ਤੂੰ ਮੇਰੀ ਬੇਇੱਜ਼ਤੀ ਕਰਾਤੀ ਤੇ ਤੂੰ ਮੇਰੇ ਮਾਂ ਪਿਓ ਕੋਲ ਵੀ ਆ ਕੇ ਕਹਿੰਦਾ ਤੂੰ ਸਾਰਾ ਭੇਤ ਖੋਲਤਾ ਕਿ ਤੂੰ ਇੱਦਾਂ ਕੀਤਾ ਤੂੰ ਇੱਦਾਂ ਕੀਤਾ ਉਸ ਤੋਂ ਬਾਅਦ ਉਹਨੇ ਮੈਨੂੰ ਬਲੌਕ ਕਰਤਾ ਉਹਨੇ ਨੰਬਰ ਨੰਬਰ ਨਵਾਂ ਦਾ ਕਰ ਲਿਆ ਚੇਂਜ ਮੇਰੇ ਕੋਲ ਉਹਦਾ ਕੋਈ ਪੁਰਾਣਾ ਮਤਲਬ ਨਵਾਂ ਵਾਲਾ ਨੰਬਰ ਨਹੀਂ ਹੈਗਾ ਜੋ ਪੁਰਾਣਾ ਚੱਲ ਰਿਹਾ ਉਹ ਮੇਰੇ ਕੋਲ ਹੈ ਨਹੀਂ ਹੁਣ ਬੜਾ ਹਾਰਡ ਹੋਊਗਾ ਹਾਊ ਯੂ ਕੈਨ ਡੀਲ ਵਿਦ ਦਿਸ ਪੀਪਲ ਸਰ ਉਹ ਕੁੜੀ ਮੈਨੂੰ ਟੌਨ ਉਹ ਕੁੜੀ ਮੈਨੂੰ ਡਰਾਵਾ ਹੀ ਇਸ ਚੀਜ਼ ਦਾ ਦਿੰਦੀ ਹੈ ਕਿ ਮੈਂ ਤੈਨੂੰ ਕੋਰਟ ਵਿੱਚ ਖਿੱਚੂਗੀ ਐਂਡ ਆਈ ਵਿਲ ਪ੍ਰੂਵ ਯੂ ਰੋਂਗ ਲਾਈਕ ਵਟ ਮਤਲਬ ਉਹ ਕੁੜੀ ਮੈਨੂੰ ਉਹਨੇ ਮੈਨੂੰ ਉਸ ਦਿਨ ਇਹੀ ਕਹਿਣਾ ਕਿ ਮੈਂ ਅਗਰ ਤੈਨੂੰ ਕੋਰਟ 'ਚ ਪ੍ਰੂਵ ਕਰੂੰਗੀ ਕਿ ਤੂੰ ਕਰੈਕਟਰਲੈਸ ਹੈ ਇਟ ਕਿ ਤੂੰ ਇਕੱਲੀ ਹੀ ਆ ਜਿਹੜੀ ਕਿ ਮਤਲਬ ਮੇਰੇ ਉਹਦੀ ਵਰਡਿੰਗ ਆ ਕਿ ਮੇਰੇ ਬੰਦੇ ਮਗਰ ਤੂੰ ਹੀ ਲੱਗੀ ਹੋਈ ਹੈ ਉਹ ਬੰਦੇ ਨੂੰ ਤਾਂ ਕੋਈ ਇੰਟਰਸਟ ਨਹੀਂ ਹੈਗਾ ਨੋ ਆਈ ਕੈਨ ਟੈਲ ਯੂ ਵਨ ਥਿੰਗ ਤੂੰ ਜਿਹੜੀ ਇਹਨਾਂ ਦੀ ਕਾਉਂਸਲ ਬਾਹਰ ਹੈ ਜਿਹੜੀ ਜਿਹੜੇ ਵਕੀਲਾਂ ਦੀ ਬਾਹਰ ਹੈ ਕਾਉਂਸਲ ਵਟ ਯੂ ਕਾਲ ਇਨ ਇੰਡੀਆ ਆਈ ਡੋਨਟ ਨੋ ਯੂ ਕੈਨ ਮੇਕ ਅ ਕੰਪਲੇਂਟ ਸਰ ਯੈਸ ਆਈ ਕੈਨ ਡੂ ਦੈਟ ਸੋ ਵਾਈ ਯੂ ਆਰ ਬਿਹਾਈਂਡ ਸਰ ਐਕਚੁਅਲੀ ਗੱਲ ਇਹ ਹੈ ਨਾ ਕਿ ਜਿਸ ਹਿਸਾਬ ਨਾਲ ਉਹ ਚੀਜ਼ਾਂ ਨੂੰ ਉਹ ਮਤਲਬ ਮੈਨੂੰ ਇਸ ਚੀਜ਼ ਤੋਂ ਡਰਾਵਾ ਪਾ ਰਿਹਾ ਕਿ ਆਈ ਗੋਟ ਯੂਰ ਪਿਕਚਰਸ ਐਂਡ ਆਲ ਦੈਟ ਪਿਕਚਰਸ ਲਾਈਕ ਵਟ ਤੁਹਾਡੀਆਂ ਫੋਟੋਆਂ ਆਪਣੇ ਰਾਜਵੀਰ ਦੇ ਨਾਲ ਕੁਝ ਗੰਦੀਆਂ ਨੇ ਸਰ ਨਹੀਂ ਮਤਲਬ ਚੈਟ ਐਂਡ ਆਲ ਯੂ ਕੈਨ ਸੇ ਕਿ ਸਮਥਿੰਗ ਆਫ ਦੈਟ ਸੋਰਟ ਰਾਜਵੀਰ ਦੇ ਪਾਪਾ ਲਾਈਨ ਤੇ ਨੇ ਜੀ ਰਾਜਵੀਰ ਦੇ ਫਾਦਰ ਹਾਂਜੀ ਮੁੰਡੇ ਦੇ ਜੀ ਕੀ ਨਾਮ ਹੈ ਉਹਨਾਂ ਤੁਸੀਂ ਦੱਸ ਚੁੱਕੇ ਇਹਨਾਂ ਨੂੰ ਕੀ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਕੌਣ ਗੱਲ ਕਰ ਰਹੇ ਤੇ ਕਾਹਦੇ ਬਾਰੇ ਅਸੀਂ ਗੱਲਬਾਤ ਕਰਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸੀਂ ਬਸੀ ਟਾਂਡੋ ਹੈੱਡਕੁਆਰਟਰ ਤੋਂ ਕਾਲ ਕਰ ਰਹੇ ਹਾਂ ਅਤੇ ਕਿਸੇ ਸਟੋਰੀ ਨੂੰ ਕਵਰ ਕਰ ਰਹੇ ਹਾਂ ਔਰ ਜਿਸ ਦੇ ਵਿੱਚ ਇੱਕ ਲੜਕੀ ਹੈ ਉਹਦਾ ਨਾਮ ਹੈਗਾ ਆ ਆਪਣੇ ਅਸੀਂ ਫੇਕ ਰੱਖਿਆ ਆ ਔਰ ਤੁਸੀਂ ਜਾਣਦੇ ਹੋਵੋਗੇ ਕਿ ਤੁਹਾਡੇ ਨੋ ਅਸੀਂ ਬਣਨੀ ਤੁਹਾਡੇ ਲੜਕੇ ਦੇ ਨਾਲ ਇੱਕ ਲੜਕੀ ਦਾ ਰਿਲੇਸ਼ਨ ਰਿਹਾ ਆ ਕਾਫੀ ਔਰ ਉਹ ਇਸ ਵੇਲੇ ਕੰਪਲੇਂਟ ਕਰ ਰਹੀ ਆ ਅੱਛਾ ਜੀ ਸੋ ਉਹ ਕਹਿ ਰਹੀ ਹੈ ਕਿ ਮੈਂ 7 ਸਾਲ ਰਿਲੇਸ਼ਨ ਵਿੱਚ ਰਹੀ ਹਾਂ ਅਤੇ 4-7 ਵਾਰੀ ਬੱਚੇ ਨੂੰ ਜਨਮ ਦੇਣਾ ਸੀ ਅਤੇ ਜਿਹੜਾ ਕਿ ਅਬੋਰਸ਼ਨ ਜ਼ਬਰਦਸਤੀ ਕਰਾਇਆ ਗਿਆ ਤਾਂ ਜਿਹੜਾ ਮੇਰਾ ਹਸਬੈਂਡ ਹੈ ਉਹ ਹੁਣ ਡਿਨਾਈ ਕਰ ਰਿਹਾ ਅਤੇ ਉਹ ਹੁਣ ਮੈਨੂੰ ਚੀਟ ਕਰ ਰਿਹਾ ਸੋ ਮੈਂ ਕਿ ਤੁਸੀਂ ਜਾਣ ਕੇ ਰੱਖ ਦਿਓ ਕਿਉਂਕਿ ਇਹ ਲੜਕੀ ਹੁਣ ਕੋਰਟ ਵਿੱਚ ਜਾਣ ਨੂੰ ਤਿਆਰ ਆ ਅਤੇ ਕਹਿੰਦੇ ਮੈਨੂੰ ਧੋਖਾ ਦਿੱਤਾ ਆ ਰੇਖਾ ਤੁਸੀਂ ਕਦੇ ਰਾਜਵੀਰ ਦੇ ਪਿਤਾ ਜੀ ਨੂੰ ਸਤਿਕਾਰਯੋਗ ਫਾਦਰ ਸਾਹਿਬ ਨੂੰ ਮਿਲੇ ਹੋ ਔਰ ਤੁਸੀਂ ਉਹਨਾਂ ਨੂੰ ਬਲੇਮ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦਾ ਰੌਲਾ ਨਹੀਂ ਕੋਈ ਵੀ ਰੌਲਾ ਤਾਂ ਤੁਹਾਡਾ ਅਤੇ ਤੁਹਾਡੇ ਬੁਆਏਫ੍ਰੈਂਡ ਦਾ ਆ ਹਾਂਜੀ ਸਰ ਹਾਂਜੀ ਸਰ ਬਿਲਕੁਲ ਤੁਸੀਂ ਤੁਸੀਂ ਵੀ ਉਹਨਾਂ ਦੇ ਫਾਦਰ ਨਾਲ ਗੱਲਬਾਤ ਕੀਤੀ ਕਦੇ ਸਰ ਹਾਂ ਇੱਕ ਵਾਰੀ ਮਿਲੇ ਆ ਇੱਕ ਦੋ ਵਾਰ ਮਿਲੇ ਜ਼ਿਆਦਾ ਨਹੀਂ ਓਕੇ ਤੁਸੀਂ ਕੀ ਕਿਹਾ ਸੀ ਉਹਨਾਂ ਨੇ ਸਤਿਕਾਰਯੋਗ ਪਿਤਾ ਜੀ ਨੂੰ ਮੈਂ ਤਾਂ ਸਰ ਕੰਪਲੇਂਟ ਹੀ ਕੀਤੀ ਸੀ ਕਿ ਤੁਸੀਂ ਪਲੀਜ਼ ਮਤਲਬ ਬੈ ਕੇ ਸੌਰਟ ਆਊਟ ਕਰਵਾ ਦਿਓ ਨਹੀਂ ਜਦ ਤੁਸੀਂ ਰਿਲੇਸ਼ਨਸ਼ਿਪ ਬਣਾਇਆ ਆ ਤਾਂ ਤੁਸੀਂ ਫਾਦਰ ਸਾਹਿਬ ਨੂੰ ਪੁੱਛਿਆ ਸੀਗਾ ਕਿ ਮੈਂ ਰਿਲੇਸ਼ਨਸ਼ਿਪ ਬਣਾਉਣਾ ਆ ਤਾਂ ਇਹ ਮੇਰਾ ਵਿਆਹ ਕਰਾਊਗਾ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਸਰ ਸੋ ਵਾਈ ਯੂ ਇਨਵੋਲਵ ਹਿਸ ਪੇਰੈਂਟਸ ਦੈਨ
ਉਹਨਾਂ ਦਾ ਕੋਈ ਉਹਨਾਂ ਦੇ ਕੋਈ ਤੁਸੀਂ ਕਿਵੇਂ ਉਹਨਾਂ ਨੂੰ ਲਪੇਟ ਸਕਦੇ ਹੋ, ਉਹਨਾਂ ਦਾ ਕੀ ਕਸੂਰ ਹੈ? ਸਰ ਬਿਲਕੁਲ ਬਿਲਕੁਲ ਸਰ, ਮੈਂ ਉਹਨਾਂ ਨੂੰ ਨਹੀਂ ਇਨਵੋਲਵ ਕੀਤਾ। ਮੈਂ ਉਹਨਾਂ ਨੂੰ ਉਸ ਦਿਨ ਵੀ ਰਿਕੁਐਸਟ ਕਰਕੇ ਸਿਰਫ ਇੰਨਾ ਬੋਲਣ ਦੀ ਕਿ ਮੇਰੇ ਪੇਰੈਂਟਸ ਨੂੰ ਅਬਿਊਜ਼ ਕਰ ਰਹੇ ਹਨ, ਬਸ ਇਸ ਤੋਂ ਇਲਾਵਾ ਮੈਂ ਕੋਈ ਐਕਸਟਰਾ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਇਹਨੇ ਇਨਵੋਲਵ ਕਰਨਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਮੈਨੂੰ ਕਰਨਾ ਪਿਆ। ਓ ਆਈ ਸੀ। ਸਰ ਸਾਹਿਬ, ਇਹ ਜਿਹੜੀ ਲੜਕੀ ਹੈ, ਤੁਸੀਂ ਪਛਾਣ ਗਏ ਕੌਣ ਲੜਕੀ ਹੈ? ਸਰ ਮੈਂ ਇਹ ਜਾਣਦਾ ਨਹੀਂ ਸਰ, ਬਸ ਬੇਟਾ ਚਾਂਚਾ ਹੁੰਦਾ ਹੋਵੇ, ਕਿਉਂਕਿ ਇਹ ਦੋਸ਼ ਲਾ ਰਹੀ ਹੈ ਕਿ ਤੁਹਾਡੇ ਲੜਕੇ ਨੇ 7 ਸਾਲ ਇਹਨੂੰ ਯੂਜ਼ ਕੀਤਾ, ਫਿਜ਼ੀਕਲ ਰਿਲੇਸ਼ਨ ਰੱਖੇ, ਔਰ ਇਹ ਲੜਕੀ 7 ਵਾਰ ਬੱਚੇ ਦੀ ਮਾਂ ਬਣਨ ਵਾਲੀ ਸੀ ਅਤੇ ਜ਼ਬਰਦਸਤੀ ਅਬੋਰਸ਼ਨ ਕਰਾਇਆ ਗਿਆ ਇਸ ਲੜਕੀ, ਕਹਿੰਦੀ ਆ ਇਹ ਦੋਸ਼ ਲਾ ਰਹੀ ਤੁਹਾਡੇ ਲੜਕੇ ਤੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਕਹਿੰਦੀ ਕਿ ਮੈਨੂੰ ਵਾਅਦਾ ਕੀਤਾ ਸੀ ਮੈਂ ਵਿਆਹ ਕਰਾਊਂਗਾ ਤੇ ਹੁਣ ਉਹ ਕਿਸੇ ਹੋਰ ਲੜਕੀ ਦੇ ਨਾਲ ਚਲੇ ਗਿਆ। ਨਹੀਂ ਸਰ, ਕਿਸੇ ਨਾਲ ਨਹੀਂ ਗਿਆ ਸਰ, ਉਹਦਾ ਵੀ ਸਟੱਡੀ ਕਰ ਰਿਹਾ ਸਰ। ਹਾਂਜੀ ਰੇਖਾ ਜੀ, ਗੱਲ ਕਰੋ ਸਰ। ਮਤਲਬ ਇਹ ਤਾਂ ਹੁਣ ਮਤਲਬ ਆਟੋਮੈਟਿਕਲੀ ਸਰ, ਮੈਂ ਤਾਂ ਇੱਥੇ ਕੁਛ ਨਹੀਂ ਕਹਿ ਸਕਦੀ। ਉਹ ਉਹਨੂੰ ਵੀ ਸਾਇਮਲਟੇਨੀਅਸਲੀ ਰੱਖ ਰਿਹਾ ਸੀ, ਮੈਨੂੰ ਵੀ ਰੱਖ ਰਿਹਾ ਸੀ ਸਾਇਮਲਟੇਨੀਅਸਲੀ। ਹਾਂ ਹਾਂ, ਸੋ ਇਹਦੇ ਵਿੱਚ ਇਹ ਤਾਂ ਹੁਣ ਮਤਲਬ ਹਾਂਜੀ ਸਰ, ਕੈਰੀ ਓਨ ਕੀ ਕਹਿਣਾ ਚਾਹੁੰਦੇ ਹੋ? ਬਸ ਉਹ ਸ਼ਫਾਲੀ ਲਾਈਨ ਤੇ ਹੈ ਜੀ। ਸ਼ਫਾਲੀ ਕੌਣ ਨੇ? ਜਿਹੜੀ ਗੁੱਡੀ ਇਹਨਾਂ ਦਾ ਡਿਸਪਿਊਟ ਆ ਜਿਹਨਾਂ ਨਾਲ। ਸ਼ਫਾਲੀ? ਹਾਂਜੀ, ਜਿਹੜੇ ਸਤਿਕਾਰਯੋਗ ਸਾਡੇ ਲਾਅ ਦੇ ਸਟੂਡੈਂਟ ਨੇ ਉਹ ਪ੍ਰੈਕਟਿਸ ਕਰ ਰਹੇ ਨੇ, ਲਾਅ ਦੇ ਸਟੂਡੈਂਟ ਨੇ ਪ੍ਰੈਕਟਿਸ ਕਰ ਰਹੇ ਨੇ। ਸਪਾਲੀ ਜੀ, ਗੁੱਡ ਮਾਰਨਿੰਗ ਟੋਰਾਂਟੋ ਟਾਈਮ ਦੇ ਮੁਤਾਬਕ, ਗੁੱਡ ਮਾਰਨਿੰਗ ਔਰ ਇੰਡੀਆ ਦੇ ਗੁੱਡ ਈਵਨਿੰਗ। ਅਸੀਂ ਬਾਸੀ ਬ੍ਰੌਡਕਾਸਟ ਕਰੋ ਸਰ, ਹੋਲਡ ਕਰੋ। ਯਾ ਟੋਲਡ ਹੀ ਕਾਲ। ਹੈਲੋ ਜੀ, ਆਈ ਐਮ ਟਾਕਿੰਗ ਟੂ। ਹੈਲੋ ਜੀ, ਹਾਂਜੀ ਸਰ ਬੋਲੋ। ਸਪਾਲੀ ਜੀ, ਤੁਸੀਂ ਸਾਡੇ ਨਾਲ ਲਾਈਵ ਅਸੀਂ ਟੈਲੀਕਾਸਟ ਕਰ ਰਹੇ ਹਾਂ। ਹਾਂਜੀ ਹਾਂਜੀ ਬੋਲੋ। ਇੱਕ ਲੜਕੀ ਹੈ ਔਰ ਨਾਂ ਅਸੀਂ ਰੇਖਾ ਫੇਕ ਰੱਖਿਆ, ਔਰ ਬਹੁਤ ਵੱਡਾ ਡਿਸਪਿਊਟ ਪੈਦਾ ਕਰਨ ਵਾਲੀ ਮੇਰੀ ਲਾਈਫ ਦੇ ਵਿੱਚ ਤੁਹਾਡਾ ਨਾਮ ਮੈਂਸ਼ਨ ਕੀਤਾ ਆ। ਆਈ ਡੋਂਟ ਨੋ ਦਿਸ ਇਜ਼ ਟਰੂ ਔਰ ਅਨਟਰੂ। ਅਤੇ ਕਹਿ ਰਹੀ ਹੈ ਕਿ ਰਾਜਵੀਰ ਨੇ ਮੇਰੇ ਨਾਲ ਸ਼ਾਦੀ ਕਰਨੀ ਸੀ ਅਤੇ ਉਸ ਤੋਂ ਬਾਅਦ 7 ਵਾਰ ਮੈਂ ਬੱਚੇ ਦੀ ਮਾਂ ਬਣਨਾ ਸੀ, ਜ਼ਬਰਦਸਤੀ ਮੇਰਾ ਅਬੋਰਸ਼ਨ ਕਰਾਇਆ ਗਿਆ। ਤਾਂ ਇਸ ਦੇ ਵਿੱਚ ਬਹੁਤ ਵੱਡੀ ਰਿਸਪੋਂਸੀਬਿਲਟੀ ਜਿਹੜੀ ਹੈ, ਰਿਸਪੋਂਸੀਬਲ ਪਰਸਨ ਜਿਹੜੀ ਆ ਤੁਹਾਨੂੰ ਉਹ ਕਹਿ ਰਹੇ ਨੇ, ਔਰ ਇਹਦੇ ਬਾਰੇ ਵਿੱਚ ਔਰ ਸਾਨੂੰ ਡਾਊਟ ਹੈ, ਔਰ ਸਾਡਾ ਸਹਿਮਤ ਹੋਣਾ ਸਾਡੇ ਆਫਿਸ ਦਾ, ਸਾਡੇ ਸਟੇਸ਼ਨ ਚੈਨਲ ਦਾ ਕੋਈ ਜ਼ਰੂਰੀ ਨਹੀਂ ਹੈ। ਤੁਸੀਂ ਇਸ ਇਸ਼ੂ 'ਤੇ ਕੀ ਕਹਿਣਾ ਚਾਹੁੰਦੇ ਹੋ? ਬਟ ਯੋਰ ਪਰਸਨਲ ਵਿਊ। ਖੈਰ ਉਹ ਲਾਈਨ ਕੱਟ ਗਏ ਨੇ, ਮੇਰੇ ਖਿਆਲ ਕਿ ਪਾਰਟੀਸਪੇਟ ਨਹੀਂ ਕਰਨਾ ਚਾਹੁੰਦੇ। ਸਰ ਹੈਰ ਯੂ ਕੈਨ, ਤੁਸੀਂ ਇੱਥੇ ਹੀ ਸਮਝ ਸਕਦੇ ਹੋ ਆਪਣੇ। ਦੇਖਿਆ ਜੀ, ਤੁਹਾਡੇ ਰਾਜਵੀਰ ਦੇ ਫਾਦਰ ਸਾਹਿਬ ਦਾ ਨਾਮ ਕੀ? ਹੁਣ ਇਹਨਾਂ ਨੇ ਬਿਕੋਜ਼ ਸਰ ਹੁਣ ਇਹਨਾਂ ਨੇ ਡਿਸਕਸ ਕਰਕੇ ਹੁਣ ਇਹਨਾਂ ਨੇ ਪੁਆਇੰਟ ਆਊਟ ਕਰਨਾ ਚੀਜ਼ਾਂ ਨੂੰ। ਆਈ ਨੋ ਦੈਟ ਥਿੰਗ। ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਲਾਈਫ ਨੂੰ ਡਿਸਟਰਬ ਕੀਤਾ। 7 ਸਾਲ ਲਗਾਤਾਰ ਤੁਹਾਨੂੰ ਮੈਸੇਜ ਯੂਜ਼ ਕੀਤਾ, ਤੁਸੀਂ ਕਿਸੇ ਧੀ ਹੋ, ਔਰ ਤੁਹਾਡੇ ਮੁਤਾਬਕ 3 ਵਾਰ ਤੁਸੀਂ ਇਸ ਸਾਲ ਦੇ ਵਿੱਚ ਬੱਚੇ ਦੀ ਮਾਂ ਬਣਨ ਦੇ। ਬਸ ਪਹਿਲੀ ਲਾਈਨ ਤੇ ਮੁੰਡੇ ਦੇ ਡੈਡੀ ਨੇ, ਤੇ ਆਪਾਂ ਉਹਨਾਂ ਨੂੰ ਰਿਕੁਐਸਟ ਤਾਂ ਕਰ ਹੀ ਸਕਦੇ ਨੇ ਕਿ ਮੁੰਡੇ ਨੂੰ ਆਪਣੇ ਨੂੰ ਕਾਨਫਰੰਸ ਤੇ ਪਾਉਣ ਜਾਂ ਨੰਬਰ, ਕਿਉਂਕਿ ਉਹਨਾਂ ਦਾ ਤਾਂ ਬੰਦਾ ਇੰਨਾ ਹੀ ਤਾਂ ਆਪਣੇ ਬੇਟੇ ਨਾਲ ਗੱਲ ਹੁੰਦੀ ਹੋਊਗਾ। ਸਰ ਉਹ ਨਹੀਂ ਗੱਲ ਕਰਨਗੇ। ਹੁਣ ਉਹ ਕੁੜੀ ਨੇ ਹੋਲਡ ਕੀਤਾ ਜਸਟ ਟੂ ਐਡ ਰਾਜਵੀਰ। ਹੁਣ ਉਹਨੇ ਨਹੀਂ ਗੱਲ ਕਰਨੀ ਮੈਨੂੰ ਉਸ ਚੀਜ਼ ਤੋਂ। ਸਰ ਮੈਂ ਤੁਹਾਨੂੰ ਆਹੀ ਚੀਜ਼ ਬੋਲ ਰਹੀ ਹਾਂ, ਉਹਦੇ ਡੈਡ ਨੇ ਮੂੰਹ ਤੇ ਤੁਹਾਨੂੰ ਕਹਿ ਸਕੇ ਅਸੀਂ ਨਹੀਂ ਜਾਣਦੇ। ਮੈਨੂੰ ਅਗਰ ਤੁਸੀਂ ਇਸ ਵੇਲੇ ਪ੍ਰੈਗਨੈਂਸੀ ਹਾਲਤ ਵਿੱਚ ਹੁੰਦੇ ਤਾਂ ਕਾਨੂੰਨ ਦੇ ਮੁਤਾਬਕ ਹਰ ਹਾਲਤ ਵਿੱਚ ਜਿਸ ਦੇ ਨਾਲ ਤੁਸੀਂ ਰਿਲੇਸ਼ਨ ਵਿੱਚ ਰਹੇ ਹੋ, ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦੇਣੀ ਸੀਗੀ, ਔਰ ਉਹਨਾਂ ਨੇ ਹਰ ਹਾਲਤ ਵਿੱਚ ਤੁਹਾਡੇ ਵੱਲ ਝੁਕਾ ਹੀ ਨਹੀਂ ਬਲਕਿ ਤੁਹਾਡੇ ਨਾਲ ਸ਼ਾਦੀ ਉਹਨਾਂ ਨੇ ਕਰਨੀ ਸੀ। ਗਲਤੀ ਤੁਹਾਡੀ ਆ, ਤੁਸੀਂ ਇੰਨੀ ਜਲਦੀ ਵਿੱਚ ਕਿਉਂ ਫੈਸਲਾ ਲਿਆ? ਕਿੰਨੇ ਮਹੀਨੇ ਬਾਅਦ ਤੁਸੀਂ ਅਬੋਰਸ਼ਨ ਕਰਾਇਆ? 2 ਮਹੀਨੇ ਬਾਅਦ, 3 ਮਹੀਨੇ ਬਾਅਦ, 4 4 ਮਹੀਨੇ ਬਾਅਦ? ਸੋ 4 ਮਹੀਨੇ ਬੱਚੇ ਦਾ ਕਤਲ ਕੀਤਾ, ਤੁਸੀਂ ਜ਼ਿੰਮੇਵਾਰ ਹੋ। ਤੁਹਾਨੂੰ ਕਾਨੂੰਨ ਆਗਿਆ ਦਿੰਦਾ ਹੈ? ਚਲੋ ਮੇਰੀ ਕੰਟਰੀਬਿਊਸ਼ਨ 50% ਸਰ ਉਹ ਮੈਨੂੰ ਫੋਰਸ ਕਰ ਰਹੇ ਆ। ਉਹਨੂੰ ਪਤਾ ਸੀ ਕਿ 4 ਮਹੀਨੇ ਬੱਚਾ ਆ?
ਸਰ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਇਟਸ ਨਾਟ ਮਾਈਨ ਮੇਰਾ ਨਹੀਂ ਆ ਤੂੰ ਪਤਾ ਨਹੀਂ ਕਿਸੇ ਨਾਲ ਮੂੰਹ ਮਾਰਿਆ ਕਿਸ ਤਰ੍ਹਾਂ ਉਹ ਕਹਿੰਦਾ ਆ ਕਿ ਤੂੰ ਕਿਸੇ ਹੋਰ ਦਾ ਬੱਚਾ ਲਈ ਫਿਰਦੀਆਂ ਇਹ ਹਾਂਜੀ ਤੇ ਮੇਰੇ ਮੱਥੇ ਮਾਰ ਰਹੀਆਂ ਨੂੰ ਤੇ ਤੁਹਾਡਾ ਇਹ ਬੱਚਾ ਤੁਹਾਡਾ ਰਿਲੇਸ਼ਨ ਕਿਸੇ ਹੋਰ ਮੁੰਡੇ ਨਾਲ ਵੀ ਸੀਗਾ ਸਰ ਬਿਲਕੁਲ ਨਹੀਂ ਹਾਊ ਯੂ ਕੈਨ ਪ੍ਰੂਵ ਦੈਟ ਸਰ ਮੇਰੀ ਕਾਲ ਰਿਕਾਰਡਸ ਉਹ ਆਪਦਾ ਨੰਬਰ ਚੇਂਜ ਕਰ ਚੁੱਕਾ ਮੇਰਾ ਤਾਂ ਨੰਬਰ ਪੁਰਾਣਾ ਹੀ ਚੱਲ ਰਿਹਾ ਸਰ ਮੇਰੇ ਕਾਲ ਰਿਕਾਰਡਸ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰ ਰਹੀ ਪਰ ਆਈ ਡੋਂਟ ਨੋ ਕਿ 4 ਮਹੀਨੇ ਦਾ ਜਿਹੜੇ ਪਹਿਲੇ ਅਬੋਰਸ਼ਨ ਹੋਏ ਨੇ ਉਹ ਕਿੰਨੇ ਮਹੀਨੇ ਬਾਅਦ ਹੋਏ ਨੇ ਸਰ 2-3 ਇਦਾਂ 2-3 ਐਂਡ ਦਿਸ ਇਜ਼ ਲਾਸਟ ਵਨ ਵਿਚ ਇਜ਼ ਟੁਕ 4 ਮੰਥ ਯੈਸ ਸਰ ਤੁਹਾਨੂੰ ਪਤਾ ਕਿ ਕਾਨੂੰਨ ਦੇ ਮੁਤਾਬਕ ਤੁਹਾਨੂੰ ਜੇਲ੍ਹ ਹੋ ਸਕਦੀ ਹੈ ਜੀ ਸਰ ਸੋ ਇਹ ਤੁਸੀਂ ਅਬੋਰਸ਼ਨ ਜਿਹੜੇ ਨੇ ਕਿੱਥੇ ਕਿਹੜੇ ਹਸਪੀਟਲ ਵਿੱਚ ਕਰਾਏ ਨੇ ਸਰ ਪਿਲਸ ਖਾਦੀਆਂ ਹਾਂਜੀ ਪਿਲਸ ਖਾਦੀਆਂ ਸਰ ਕੈਨ ਯੂ ਸਪੀਕ ਲਾਊਡ ਸਰ ਪਿਲਸ ਖਾਦੀਆਂ ਸੀਗੀਆਂ ਆ ਪਿਲਸ ਖਾਦੀਆਂ ਸੀਗੀਆਂ ਜੀ ਸਰ ਆਈ ਸੀ ਤੁਹਾਡੇ ਜਿਹੜੇ ਰਾਜਵੀਰ ਦੇ ਫਾਦਰ ਸਾਹਿਬ ਹੈ ਉਹਨਾਂ ਨਾਮ ਕੀ ਹੈ ਪ੍ਰੇਮ ਚੰਦ ਪ੍ਰੇਮ ਚੰਦ ਪ੍ਰੇਮ ਚੰਦ ਤੁਸੀਂ ਸੁਣੇ ਹੋ ਕਿ ਤੁਹਾਡੀ ਬਣਨ ਵਾਲੀ 9-7 ਸਾਲ ਤੁਹਾਡੇ ਬੱਚੇ ਦੇ ਨਾਲ ਰਹੀ ਆ ਅਤੇ ਆਖਰੀ ਵਾਰ 4 ਮਹੀਨੇ ਦਾ ਬੱਚਾ ਸੀ ਜਿਹੜਾ ਕਿ ਇਹਨਾਂ ਨੇ ਅਬੋਰਸ਼ਨ ਕੀਤਾ ਬੱਚੇ ਦਾ ਮਤਲਬ ਬੱਚੇ ਦਾ ਇੱਕ ਕਿਸਮ ਦਾ ਕਤਲ ਕੀਤਾ ਆ ਸਰ ਮੈਨੂੰ ਤਾਂ ਬਹੁਤ ਮੇਰੇ ਵੀ ਸਮਝ ਮੈਂ ਤਾਂ ਨਾ ਪੜਿਆ ਨਹੀਂ ਵੈਸੇ ਉਹਨਾਂ ਬਾਰੇ ਠੀਕ ਹੈ ਮੈਂ ਤਾਂ ਪੜ੍ਹ ਬਿਲਕੁਲ ਜਿਸ ਸੀ ਬੰਦਾ ਦੱਸ ਨਹੀਂ ਹੁੰਦਾ ਤੁਸੀਂ ਇਸ ਲੜਕੀ ਨੂੰ ਮਿਲੇ ਪਹਿਲਾਂ ਕਦੇ ਸਰ ਮੈਂ ਦੇਖ ਰਿਹਾ ਸੀ 2 ਦਿਨ ਪਹਿਲਾਂ ਮੈਂ ਦੇਖ ਰਿਹਾ ਸੀ ਆ ਗਿਆ ਸੀ ਬੇਟੇ ਨੇ ਤੁਸੀਂ ਇਹਨੂੰ ਸਮਝਾਇਆ ਲੜਕੀ ਨੂੰ ਤੇ ਲੜਕੀ ਤੁਹਾਡੇ ਕੋਲ ਆਈ ਹੈ ਤੁਸੀਂ ਆਪਣੇ ਮੁੰਡੇ ਨੂੰ ਸਮਝਾਇਆ ਔਰ ਤੁਸੀਂ ਅਗਰੀ ਕਰ ਰਹੇ ਸੀ ਕਿ ਸਾਡਾ ਮੁੰਡਾ ਤੇਰੇ ਨਾਲ ਵਿਆਹ ਕਰੂਗਾ ਨਹੀਂ ਸਰ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਸਰ ਲੜਕੀ ਤੁਹਾਡੇ ਕੋਲ ਗਈ ਹੈ ਜਾਂ ਤੁਸੀਂ ਲੜਕੀ ਦੇ ਕੋਲ ਗਏ ਆ ਲੜਕੀ ਦੇ ਘਰ ਗਏ ਆ ਪ੍ਰੇਮ ਜੀ ਤੁਹਾਡੇ ਘਰ ਕਿੰਨੀ ਵਾਰ ਲੜਕੀ ਆਈ ਹੈ ਤੁਹਾਨੂੰ ਮਿਲਣ ਹੈਲੋ ਇਹ ਲੜਕੀ ਤੁਹਾਡੇ ਘਰ ਵਿੱਚ ਕਿੰਨੀ ਵਾਰੀ ਆਈ ਹੈ ਤੁਹਾਨੂੰ ਮਿਲਣ ਕਿੰਨੀ ਵਾਰੀ ਆਈ ਹੈ ਸਾਨੂੰ ਜਦੋਂ ਮਿਲਣ ਆਈ ਜੀ ਤਾਂ ਉਹਨੇ ਕੋਲ ਤੋਂ ਪੁਲਿਸ ਦਾ ਜਿਹੜਾ ਦੋਸਤ ਹੈ ਉਹ ਭੇਜੀ ਸਾਡੇ ਕੋਲ ਜੀ ਇਹ ਆਪ ਤੁਹਾਡੇ ਲੜਕੇ ਦੇ ਨਾਲ ਵੀ ਆਈ ਹੈ ਕਦੇ ਜਾਂ ਇਕੱਲੀ ਆਈ ਹੈ ਨਹੀਂ ਨਹੀਂ ਇਕੱਲੀ ਨਹੀਂ ਹੈ ਸਾਡੇ ਕੋਲ ਹੀ ਮੇਰਾ ਦੋਸਤ ਚਾਚਾ ਜੀ ਦਾ ਮੇਰੇ ਬੇਟਾ ਦਾ ਹੈ ਹਾਂ ਹਾਂ ਜੀ ਆਈ ਸੀ ਕਦੇ ਤੁਹਾਡੇ ਮੁੰਡੇ ਨੇ ਤੁਹਾਡਾ ਜ਼ਿਕਰ ਕੀਤਾ ਕਿ ਮੈਂ ਇਸ ਲੜਕੀ ਨੂੰ ਪਿਆਰ ਕਰਦਾ ਤੇ ਇਹਦੇ ਨਾਲ ਮੈਂ ਵਿਆਹ ਕਰਨਾ ਨਾ ਕੁਝ ਨਹੀਂ ਕਿਹਾ ਜੀ ਮੈਂ ਤੇ ਹੁਣ ਤੁਸੀਂ ਆਪਣੇ ਇਹ ਲੜਕੀ ਜਿਹੜੀ ਹੈ ਇਹ ਚਾਹੁੰਦੀ ਹੈ ਕਿ ਮੇਰੇ ਨਾਲ ਵਿਆਹ ਕਰਾਵੇ ਤੁਹਾਡਾ ਲੜਕਾ ਔਰ ਤੁਸੀਂ ਆਪਣੇ ਲੜਕੇ ਦੀ ਸ਼ਾਦੀ ਇਸ ਲੜਕੀ ਨਾਲ ਕਰਨ ਨੂੰ ਤਿਆਰ ਹੋ ਜਾਂ ਨਹੀਂ 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 ਸਰ ਨਹੀਂ ਜੀ ਰੇਖਾ ਜੀ ਬੱਚਿਆਂ ਨੇ ਪੜ ਰਹੇ ਨੇ ਸਰ ਨਹੀਂ ਪਰ ਬੱਚਿਆਂ ਤਾਂ 4 ਬੱਚੇ ਇਹਨੂੰ ਪੈਦਾ ਕਰ ਚੁੱਕਾ 7 ਬੱਚੇ 7 ਸਾਲਾਂ ਚ ਇਹਦੇ ਬਿਆਨ ਦੇ ਮੁਤਾਬਕ ਸਰ ਤੁਹਾਨੂੰ ਪ੍ਰੂਫ ਦੇ ਰਿਹਾ ਕਿਹਨੇ ਹਸਪੀਟਲ ਵਾਸਤਾ ਹੈ ਆਪਣਾ ਰੇਖਾ ਦੱਸੋ ਤੁਸੀਂ ਕਿਹੜੇ ਤੁਹਾਡੇ ਸਰ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਪਿਲਸ ਖਾਦੀਆਂ ਇਹਨੇ ਮੈਨੂੰ ਲਿਆ ਕੇ ਦਿੱਤੀਆਂ ਮੈਂ ਕਿਵੇਂ ਮੇਰੇ ਕੋਲ ਸਰ ਦੇਖੋ ਮੇਰੀ ਗੱਲ ਸੁਣੋ ਮੇਰੀ ਤਾਂ ਬੇਟੀ ਸੋ 4 ਮਹੀਨੇ ਬੱਚਾ ਗੋਲੀ ਮੈਡੀਸਨ ਲੈ ਉਹਦਾ ਹੋਏਗਾ ਉਹਦਾ ਕਿਸੇ ਹਸਪੀਟਲ ਜਾਣਾ ਪੈਣਾ ਸਰ ਸਰ ਉਹ ਤਾਂ ਮੇਰੀ ਬਾਡੀ ਖਰਾਬ ਹੋ ਗਈ ਸਰ ਮੈਂ ਬਾਅਦ ਗੱਲ ਕਰਾਂਗਾ ਜੀ ਆਈ ਐਮ ਸੌਰੀ ਜਸਟ ਹੋਲਡ 1 ਸੈਕਿੰਡ ਅਸੀਂ ਪਬਲਿਕ ਵੀ ਲੈਣੀ ਚਾਹਾਂਗੇ 2 ਮਿੰਟ ਲਈ ਔਰ ਅਸੀਂ ਪਬਲਿਕ ਵੀ ਵਿੱਚ ਇਹ ਲੜਕੀ ਹੁਣ ਕਰੇ ਕੀ ਦੇ ਲੋ ਕਿ ਸਾਡੇ ਪੰਜਾਬ ਦੀਆਂ ਧੀਆਂ ਇਸ ਵੇਲੇ ਕਿੱਦਾਂ ਰੁੜ ਰਹੀਆਂ ਨੇ ਔਰ 7 ਸਾਲਾਂ ਵਿੱਚ 7 ਵਾਰੀ ਪ੍ਰੈਗਨੈਂਟ ਹੋਈ ਹੈ ਅਤੇ ਇਹ ਆਖਰੀ ਵਾਰੀ 4 ਮਹੀਨੇ ਬੱਚਾ ਹੈ ਜਿਸ ਕਦਰ ਕੀਤਾ ਸਰ ਆਈ ਟੇਕ ਬੈਕ ਬਿਕੋਜ਼ ਦੇਰ ਇਜ਼ ਨੋ ਮੀਨਿੰਗ ਆਫ ਡੂਇੰਗ ਐਨੀਥਿੰਗ ਬਿਕੋਜ਼ ਜੋ ਇਹ ਕਰ ਰਹੇ ਆ ਇਹ ਹੁਣ ਸਾਰੇ ਰਲ ਕੇ ਮੇਰੇ ਅਗੇਂਸਟ ਪਲੋਟਿੰਗ ਨੋ ਵੀ ਟ੍ਰਾਈ ਟੂ ਹੈਲਪ ਯੂ ਆਊਟ ਅਸਲ ਪਬਲਿਕ ਓਪੀਨੀਅਨ ਦੇ ਵਿੱਚ ਇਸ ਵੇਲੇ ਸਾਡੀ ਲਾਈਨ ਤੇ ਰੇਖਾ ਜੀ ਨੇ ਜਿਹੜੀ ਕਿ ਇਸ ਵੇਲੇ ਬੜੇ ਪਰੇਸ਼ਾਨ ਹੈ ਲੜਕੀ ਔਰ ਰੇਖਾ ਜੀ ਤੁਹਾਡੀ ਮਦਰ ਨੂੰ ਪਤਾ ਹੈ ਕਿ ਇਹ ਸਭ ਕੁਝ ਹੋਇਆ ਤੁਹਾਡੇ ਨਾਲ ਹੁਣ ਸਰ ਨਹੀਂ ਕਿੰਨਾ ਔਖਾ ਹੈ ਰੇਖਾ ਹੁਣ ਤੁਹਾਡਾ ਸਟੈਪ ਕੀ ਹੈ ਹੁਣ ਤੁਸੀਂ ਕੋਈ ਸ਼ਾਦੀ ਕਰੋਗੇ ਕਿਸੇ ਹੋਰ ਲੜਕੇ ਨਾਲ ਜਾਂ ਨਹੀਂ ਕਰੋਗੇ ਸਰ ਨਹੀਂ ਮੈਂ ਕਰਵਾਣੀ ਮੈਂ ਇਹਦੇ ਨਾਲ ਤਾਂ ਬਿਲਕੁਲ ਨਹੀਂ ਕਰਵਾਣੀ ਹੁਣ ਸਰ ਉਹਦੇ ਪੇਰੈਂਟਸ ਜਦੋਂ ਉਹਦੇ ਪੇਰੈਂਟਸ ਮੂੰਹ ਤੇ ਹੀ ਕਹਿ ਰਹੇ ਆ ਕਿ ਹਾਂ ਅਸੀਂ ਨਹੀਂ ਕਰਨਾ ਸਰ ਇਟਸ ਮੈਂ ਆਪਣੀ ਲਾਈਫ ਨਹੀਂ ਸਪੋਇਲ ਕਰ ਸਕਦੀ ਕਿ ਇੱਕ ਐਦਾਂ ਦੇ ਬੰਦੇ ਨਾਲ ਆਪਣੀ ਲਾਈਫ ਬਣਾ ਕੇ ਮੈਨੂੰ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਤੁਸੀਂ ਹੁਣ ਕਿੱਧਰ ਰਹੋਗੇ ਲਾਈਫ ਵਿੱਚ ਆਪਣੀ ਸੋ ਯੂ ਕੈਨ ਗੋ ਟੂ ਫਾਈਂਡ ਅਦਰ ਬੈਟਰ ਟੂ ਮੂਵ ਔਨ ਸਰ ਇਟਸ ਬੈਟਰ ਟੂ ਮੂਵ ਔਨ ਮੈਂ ਐਜੂਕੇਟਿਡ ਆ ਮੈਂ ਪੜ੍ਹੀ ਲਿਖੀ ਆ ਆਈ ਵਿਲ ਗੋ ਫੋਰ ਲਾਈਕ ਸਮ ਐਡਵਾਈਸ ਪਬਲਿਕ ਦੀ ਐਡਵਾਈਸ ਲੀਜੀਏ ਹੋਲਡ ਕਰੋ ਪਲੀਜ਼ ਰੇਖਾ ਯੂ ਆਰ ਗ੍ਰੇਟ ਗਰਲ